ਮਾਦਾ ਤੂੰ ਮਾਦੇ ਚੋਣੀ ਕੇ ਮਾਦੇ ਨਾ ਅੱਖ ਮਟਕਾ ਕਰਨਾ ਚਾਹੀਦਾ ਤੇ ਕੰਜਰਾ ਤੁਹਾਨੂੰ ਕੋ ਹੋਰ ਕੋ ਕੰਮ ਹੀ ਹੈ ਨਹੀਂਗਾ ਤੇ ਮਰਜੀ ਜਿੱਥੇ ਮਰਜੀ ਜਿੰਨਾਂ ਦੇ ਮਰਜੀ ਘਰੇ ਚਲੇ ਜੇ ਪਹਿਲਾਂ ਆਣ ਕੇ ਵਾਸ਼ਰੂਮ ਲੱਭਿਆ ਮੁੱਕੇ ਹਾਂਜੀ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਮੌਸਮ ਵੀ ਜੋਸਮ ਮੀਂਹ ਪਿਆ ਪਰ ਵਾਹਿਗੁਰੂ ਮਿਹਰ ਕਰੇ ਗੜੇ ਨਾਮ ਪੈਣ ਯਾਰ ਫਸਲਾਂ ਪੱਕੀਆਂ ਪਈਆਂ ਤੇ ਚਲੋ ਵਾਹਿਗੁਰੂ ਮਿਹਰ ਕਰੇ ਤੁਸੀਂ ਵੀ ਅਰਦਾਸ ਕਰਿਓ ਯਾਰ ਤੇ ਬਾਕੀ ਅੱਜ ਆਪਾਂ ਲੈਣ ਚੱਲੇ ਮੱਝ ਦੋ ਮੱਝਾਂ ਆਪਾਂ ਵੇਚਤੀਆਂ ਦੋ ਮੱਝਾਂ ਲੈ ਕੇ ਆਉਣੀਆਂ ਵਾ ਅਤੇ ਉਦੋਂ ਦੁੱਧ ਨਹੀਂ ਹੁੰਦੇ ਨੀਗੇ ਡੇਢ ਡੇਢ ਸਾਲ ਹੋ ਗਏ ਸੂਈਆਂ ਨੂੰ ਅਤੇ ਹੁਣ ਅਸੀਂ ਮੱਝ ਲੈਣ ਚੱਲੇ ਹਾਂ ਅਤੇ ਮਾਤਾ ਨੇ ਮਾਤਾ ਕੋਲ ਬੈਠੇ ਮੋਟਾ ਅਤੇ ਪਿੰਦਰਾ ਹੋਵੇ ਅਤੇ ਮੈਂ ਵੀ ਚੱਲਦਾ ਆ ਜਾਓ ਹਾਂ ਐਵਰੀਬਾਡੀ ਵਾਟ ਆਰ ਡੂਇੰਗ ਹਾਂ ਅੱਜ ਕਿੱਧਰ ਨੂੰ ਚੱਲੇ ਆ ਧੱਕੇ ਖਾਣ ਹੁਣ ਦੱਸਿਆ ਤੈਗਾ ਮੱਝ ਲੈਣ ਚੱਲੇ ਆ ਕੌਣ ਕਹਿੰਦਾ ਮੱਝ ਲੈਣ ਚੱਲੇ ਕੋਈ ਚੱਜ ਦੀ ਵੇਖ ਕੇ ਲਿਆਇਓ ਜੇ ਮਾਦਾ ਤੂੰ ਮਾਦੇ ਚੋਣੀ ਕੇ ਮੱਝ ਨਾ ਅੱਖ ਮਟਕਾ ਕਰਨਾ ਚਾਹੀਦਾ ਤੇ ਕੰਜਰਾ ਤੁਹਾਨੂੰ ਕੋ ਹੋਰ ਕੋ ਕੰਮ ਹੀ ਹੈ ਨਹੀਂਗਾ ਐਵੇਂ ਦੀ ਮੱਝ ਲੈ ਆਉਣ ਕੇ ਜਿਵੇਂ ਮਜ਼ਾਕ ਕਰਦਾ ਪੱਲੇ ਦੇ ਵੀ ਖੜੀ ਸੋਹਣੀ ਲੱਗੇ ਰਾਵਾ ਤੂੰ ਦੁੱਧ ਚੋਣਾ ਮੱਝ ਦਾ ਨਾਂ ਵਾਲਾ ਮੰਮੀ ਤੂੰ ਮੱਝ ਦੀਆਂ ਕੰਡੀਸ਼ਨਾਂ ਦੱਸ ਕਿਉਂ ਮੱਝ ਵਧੀਆ ਹੋਵੇ ਜਿਹੜੀ ਸੋਹਣੀ ਵੀ ਲੱਗੇ ਕੋ ਦੁੱਧ ਵੀ ਦੇਵੇ ਕੋਈ ਚੱਜ ਦੀ ਪੋਲੀ ਹੋਵੇ ਧਾਰ ਵੀ ਕਰੜੀ ਨਾ ਹੋਵੇ 50,000 ਚ ਤੂੰ ਬੰਗਲਾਦੇਸ਼ ਖਰੀਦਣ ਨੂੰ ਫਿਰਦੀ ਐ 50,000 ਚ ਬੰਗਲਾਦੇਸ਼ ਆਉਂਦਾ ਨਹੀਂਗਾ ਤੇ ਫੇਰ 50,000 ਚ ਇਹੋ ਜੀ ਮੱਝ ਵੀ ਨਹੀਂ ਹੋਣੀ ਸੋਹਣੀ ਸੀ ਲੱਗੀ ਜਾਂ ਦੁੱਧ ਆਉਂਦਾ ਸੋਹਣੀ ਸੀ ਲੱਗੀ ਆਉਂਦੀਆਂ ਕਿ ਆਉਣੀ ਕਿ ਰੁਪਈਆ ਲਾਉਣਾ 50,000 ਤੇ ਸੁਪਨੇ 20 ਲੀਟਰ ਦੁੱਧ ਦੇਵੇ ਮੈਂ 20 ਨਹੀਂ ਆਂਦੀ 10 ਲੀਟਰ ਵੀ ਦੁੱਧ ਦੇ ਦਿਓ ਵੀ ਬਹੁਤ ਹੁੰਦਾ ਮੱਝ ਦਾ ਚਲੋ 10 ਲੀਟਰ ਵਾਲੀ ਆਪਾਂ ਨਾਲ ਦੇ ਪਿੰਡਾਂ ਵਿੱਚ ਜਾਵਾਂਗੇ ਇੱਧਰ ਇੱਧਰ ਮੋਗੇ ਦੇ ਨੇੜੇ ਨੇੜੇ ਜਿੰਨੇ ਪਿੰਡ ਆ ਸਾਰਾ ਜਵਾਰਾ ਗਰਦੀ ਕਰਕੇ ਆਉਣੀ ਅੱਜ ਪੈਸੇ ਤੇ ਮੈਨੂੰ 1000 ਦੀ ਥਾਂ ਤੇ ਤਾਂ 900 ਕਰਕੇ ਆ ਜਾਣਾ ਇਹਨੂੰ ਪੈਸੇ ਨਾ ਪੜਾਈ ਕੋਈ ਵੀ ਸਹੀ ਗੱਲ ਪਿੰਦਰ ਉਹ ਬੰਦਾ ਜਿਹੜਾ 1000 ਰੁਪਇਆ ਗਿਣ ਲਾਓ ਤੇ ਗਿੰਦਾ ਗਿੰਦਾ 900 ਕਰ ਬਿੰਦਾ ਜੇ ਬੇੜਾ ਘਰ ਕਹਿਦਾ ਹੁਣ ਲਾਲ ਹੋਇਆ ਪਿਆ ਵੇਖ ਲਓ ਤੇ ਚੱਲੇ ਮਾਦਾ ਹੁਣ ਅਸੀਂ ਮਾਦੇ ਪੈਸੇ ਦੇ ਦੇ ਪੈਸੇ ਦੇ ਦੇ ਨਹੀਂ ਤੇ 100 ਰੁਪਇਆ ਤੋਂ ਵੱਧ ਸਾਈ ਨਹੀਂ ਦੇਣੀ ਮਾਦਾ 100 ਵੇਚ ਦਿੱਤੀ 500 ਰੁਪਇਆ ਦੇ 100 ਦੇਈਦਾ ਆ 100 ਹੀ ਦੇਵਾਂਗੇ ਭਾਈ ਕੋਈ ਚੱਕਰ ਨਹੀਂ ਜਾਵੇ ਤੇ ਚੱਲ 100 ਜਾਊਗਾ 500 ਤਾਂ ਨਾ ਜਾਵੇ 400 ਦਾ ਤੇਲ ਪਾਲਾਂਗੇ ਕਿਉਂ ਤੇਲ ਤੋਂ ਅੱਗੇ ਤੁਸੀਂ ਲੰਡੇ ਚੜਾ ਫਿਰਦੇ ਆਂ ਵਿੱਚ चलो ठीक है भाजी चलते मोटरसाइकिल जाना आप नाल दे पिंड तां दिखाउणे केड़े केड़े पिंड च आप जावांगे पर आप किसी दे फैमिली नहीं दिखा सकते ना कई लोग कहते ना दिखाओ जे कोई कहूगा दिखा देंगे नहीं तो आप दी भगाई भुगाई करके मुड़ आवेंगे चलो भाई वेखते हैं मझ आप लै लेनियां दो मझा लेनियां आ ते चलते हैं वेखते हैं ते तुसी वेखो मझा खरीदन दा ढंग क्योंकि भाजी साडी तो उम्र ही मझा च लंघ गई है वैसे तुसी कहिंदे उन्हें की काम करते भाजी अपने मझा वाह 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 ते मझा च ही रहिंदे सारा दिन सवेरे मझा चोली दियां टाइम ना शाम नूं चोली दियां ते दुध दा कारोबार अपना ओके आ डन मर्जी ਜਿੱਥੇ ਮਰਜੀ ਜਿੰਨਾਂ ਦੇ ਮਰਜੀ ਘਰੇ ਚਲੇ ਜੇ ਪਹਿਲਾਂ ਆਣ ਕੇ ਵਾਸ਼ਰੂਮ ਲੱਭਿਆ ਤੇ ਪਹਿਲਾਂ ਉੱਥੇ ਵਾਸ਼ਰੂਮ ਭਰ ਕੇ ਆਇਆ 15 ਉਹਨਾਂ ਦਾ ਵੇਖ ਲਾ ਜਿੱਥੇ ਮਰਜੀ ਚਲੇ ਜਾਵਾਂ ਤਾਂ ਇਹੀ ਪਿੰਦਰ ਕਿੱਥੇ ਪਹੁੰਚੇ ਕਿਹੜੇ ਪਿੰਡ ਪਹੁੰਚੇ ਆਪਾਂ ਪਹੁੰਚੇ ਆ ਔਗੜਾ ਔਗੜਾ ਤੇ ਵਿੱਚੇ ਸਰਪੰਚ ਦਾ ਫੋਨ ਆ ਗਿਆ ਤੇ ਬਾਕੀ ਗੱਲਾਂ ਬਾਅਦ ਚੋਂ ਕਰਦੇ ਆ ਤੇ ਅਸੀਂ ਡੀਲਰ ਨੂੰ ਫੋਨ ਆਇਆ ਆਉਂਦਾ ਅਸੀਂ ਚੱਲੇ ਇਹ ਅੰਕਲਾ ਮੱਝਾਂ ਦੀ ਨੌਲੇਜ ਰੱਖਦਾ ਪਿੰਡ ਚ ਔਗੜਾਂ ਚ ਅੰਕਲ ਸਤਿ ਸ੍ਰੀ ਅਕਾਲ ਅੰਕਲ ਮੱਝ ਹੈਗੀ ਕੋਈ ਸੱਜਣ ਫਿਰ अगे कर ਕਰੇ ਕਿ ਵਪਾਰੀ ਕੋਲੇ ਘਰੇ ਵੀ ਹੈਗੀ ਨਹੀਂ ਘਰ ਵਾਲੀਆਂ ਵੇਖਣਗਾ ਮਾਦਾ ਨੇ ਬਹੁਤ ਗਾਲਾਂ ਕੱਢਣਗੇ ਆਪਾਂ ਨੂੰ ਚੱਲੀਏ ਫਿਰ ਆਪਾਂ ਕੰਕਾ ਤੈਨੂੰ ਸਾਰੇ ਪੰਜਾਬ ਨੇ ਵੇਖਣਾ ਤੇ ਕਰੋ ਮੱਝ ਦਵਾ ਦੇ ਤੇਰੀ ਜੈ ਜੈਕਾਰ ਹੋ ਜਾਣੀ ਮੰਨੇ ਪਾਪਿਆਂ ਨੂੰ ਘਰੋਂ ਲੈ ਲਓ ਮੱਝਾਂ ਕੱਲ ਕਦੇ ਖੜੀਆਂ ਝੋਟੀ ਸੁਣੀ ਦੂਜੀ ਚੱਲ ਬਈ ਚੱਲੀਏ ਫਿਰ ਚਲੋ ਦੇਖ ਜੇ ਵਪਾਰੀ ਕੋਲ ਲੈਣੀ ਨਹੀਂ 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 ਘਰੋਂ ਲੈ ਲਈਏ ਘਰੇ ਰੱਖਣੀ ਆ ਜਾਣਦੇ ਆ ਥੋੜੇ ਰਾਜੂ ਹੋਣੀ ਆ ਲੱਡੂ ਹੋਣੀ ਆ ਹਾਂਜੀ ਹਾਂਜੀ ਜਾਣਦੇ ਜਾਣਦੇ ਹਾਂਜੀ ਆਉਂਦੇ ਇੱਥੇ ਜਾਂਦੇ ਆਉਂਦੇ ਚਲੋ ਅੰਕਲ ਚੱਲੀਏ ਫਿਰ ਚਲੋ ਅੰਕਲ ਵੇਲਾ ਸਾਈਕਲ ਤੇ बाकी मगर सरपंच साहब साडे हले आए नहीं गे अंदर ते ओ दूजे अमर साहब दे आउंदे
ਇਹ ਮੱਝ ਦੀ ਆਪਾਂ ਵੀਡੀਓ ਬਣਾਈ ਨਹੀਂ ਕਿਉਂਕਿ ਇਹ ਮੱਝ ਹੈਗੀ ਥੋੜੀ ਜਿਹੀ ਕੱਦ ਦੀ ਨਿੱਕੀ ਤੇ ਪੈਸੇ ਜ਼ਿਆਦੇ ਮੰਗਣ ਦੇ ਆ ਆਪਣੇ ਰੇਟ ਨਹੀਂ ਫਸਿਆ ਪਸੰਦ ਆਇਆ ਫਸਿਆ ਨਹੀਂ ਠੀਕ ਹੈ ਅੰਕਲ ਹੋਰ ਵੇਖਦੇ ਹਾਂ ਖੜੇ ਨੌਜਵਾਨ ਉੱਪਰ ਥੈਂਕ ਯੂ ਅਗਲੇ ਪਿੰਡ ਚੱਲਦੇ ਵੇਖਦੇ ਕੋਈ ਤੇ ਹੁਣ ਥੱਲੇ ਕੇ ਪਿੰਡ ਜਨੇਰ ਪਿੰਡ 'ਚ ਵੀ ਨਹੀਂ ਕੋਈ ਮੱਝ ਮਿਲੀ ਅਤੇ ਨਾ ਗਲੋਟੀ ਪਿੰਡ ਵੱਲ ਮਿਲੀ ਮਿਲੀਆਂ ਪਰ ਨਿੱਕੇ ਕੱਦ ਦੀਆਂ ਆਪਣੇ ਰੇਟ ਨਹੀਂ ਫੱਬਿਆ ਅਤੇ ਹੁਣ ਇੱਕ ਗਾਂ ਵੇਖਣ ਦੇ ਆ ਉਹ ਕਹਿੰਦੇ ਗਾਂ ਦਾ ਰੇਟ ਘੱਟ ਹੀ ਆ ਅਤੇ ਹੁਣ ਉਹ ਵੀਰ ਡਾਕਟਰ ਆ ਪਿੰਡ ਦਾ ਅਤੇ ਉਹ ਆਪਣੇ ਨਾਲ ਹੀ ਚੱਲ ਪਿਆ ਆਪਾਂ ਨੂੰ ਵੀਡੀਓ ਵੀਡੀਓ ਵੇਖੀ ਨਹੀਂ ਵੀਰ ਨੇ ਤਾਂ ਨਾਲ ਚੱਲ ਪਿਆ ਵੀਰ ਵਧੀਆ ਆ ਉਹ ਕਹਿੰਦਾ ਮੈਂ ਦਵਾਉਣਾ ਆ ਅਤੇ ਹੁਣ ਗਾਂ ਇੱਕ ਵਾਰੀ ਵੇਖ ਲਈ ਜੇ ਗਾਂ ਠੀਕ ਠੀਕ ਰੇਟ 'ਚ ਮਿਲ ਗਈ ਉਹ ਵੀ ਲੈ ਲਾਂਗੇ ਅਤੇ ਆ ਜਾਓ ਨਾਲ ਨਾਲ बकरी मिल गई हां जी भाजी हुण आपां नाल दे पिंड इक फोन आया उत्थे वेखण जांदे आ ठूठगढ़ उत्थे वेखदे आ हुण कहूंगे हुड्डी पाली ठंड हो गई भाजी तो ठंड तो बचाव जरूरी है चलो मिलते हैं जी हाँ जी भाजी तो अगला दिन शुरू हो गया तो अज फिर मज लैन चले चंगा मम्मी फिर माओ ने अज फिर टाइम ना ले ही होनी आपा ठंड तो ले के नहीं आए ना आज भावे टेटे सिंगा वाली मिल जे ले होनी आ अज भावे जिवें दी मर्जी मिल जे अज ले होनी मम्मी अज ले होनी अज तुसी ले आला कल दा हुण जेड़ा 100 रुपए दी बर्गर खा ले होंदे ਅੱਜ ਵਾਲਾ ਨਵਾਂ 100 ਦੇ ਮਾਦਾ 100 ਰੁਪਏ ਨਾ ਅੱਜ ਮੇਰੇ ਕੋਲੇ 100 ਹੈਗਾ ਤਾਂ ਨਾਮਾ ਦੇਣਾ ਤੇ ਮੱਝ ਮਿਲਣੀ ਨਹੀਂ ਫਿਰ ਇੰਨੇ ਚ ਨਹੀਂ ਮਿਲਣੀ ਤਾਂ ਨਾ ਮਿਲੇ ਇੱਧਰ ਵੇਚਦੀ ਨਹੀਂ ਮਾਰ ਲੈ ਲੈ 100 ਚੱਲ ਚੰਗਾ ਹੀ ਜਾਣੇ ਆ 100 ਰੁਪਏ ਦੇ ਦੇ ਕੱਲ ਵਾਲੇ ਦਾ ਬਰਗਰ ਖਾ ਲਿਆ ਹੈ ਨਹੀਂ ਤਾਂ ਮੇਰੇ ਕੋਲੇ 100 ਰੁਪਏ ਆ ਤੋਤੇ ਬਗੋ ਮੱਝ ਲੈ ਕੇ ਆਉਣੀ ਆ ਅੱਜ ਪਰਾਂ ਤੁਰਦੇ ਬਗੋ ਇੱਥੋਂ ਮਾਦਾ ਸਾਡੇ ਨਾਲ ਪੰਗੇ ਰਹਿੰਦੇ ਨਹੀਂ ਚੰਗੇ चलो ठीक है भाई चल दे मोटे जनू वड़ कि लभदा नहीं चलो चल गए मज अज भी नहीं मिली चल आ जाओ चार पांच पिंड फिरे अज मज मगर मगर आ दरियाल मैसेज करके दस्यो कमेंट दे विच फोन नंबर दे दियो फोन आपे ला लांगे माला नूं इहदा पुछ ला मज सोहणी सनाखी लैणी कि टेढे टूढे सिंग होण मत दस किवें दी कंडीशन दस सकदी आ ਮੱਝ ਸੋਹਣੀ ਸੁਨੱਖੀ ਹੋਵੇ ਜਿਹੜੀ ਵੇਖਣ ਵਾਲੇ ਨੂੰ ਵੀ ਸੋਹਣੀ ਲੱਗੇ ਤੇ ਮਾਦਾ ਦੁੱਧ ਚੋਣਾ ਕਿ ਅੱਖ ਮਟੱਕਾ ਕਰਨਾ ਨਹੀਂ ਅੱਖ ਮਟੱਕਾ ਮੈਂ ਕਰਨਾ ਕੀ ਗੱਲ ਮੈਂ ਅੱਖ ਮਟੱਕਾ ਕਰਨ ਨੂੰ ਰੱਖੀ ਆ ਚਲੋ ਵਧੀਆ ਭਾਜੀ ਸਿੰਘ ਸੁੰਘ ਸੋਹਣੇ ਹੋਣ ਤੇ ਮੱਝ ਸੋਹਣੀ ਤੁਹਾਡੀ ਵਜ੍ਹਾ ਕਦਾ ਆਉਂਦੀ ਨਹੀਂਗੀ ਤਾਂ ਤੁਸੀਂ ਅੱਖ ਮਟੱਕੇ ਦੂਜਿਆਂ ਨੂੰ ਕਰਦੇ ਆ ਸੋ ਸਤਿ ਸ੍ਰੀ ਅਕਾਲ ਭਾਜੀ ਇਹਦੇ ਨਾਲ ਵਲੌਗ ਆਪਣਾ ਡਨ ਹੁੰਦਾ ਹੈ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਸੋ ਮਚ ਭਾਜੀ ਬੈਲ ਬੁੱਲ ਪੱਟ ਕੇ ਘਰੇ ਲੈ ਆਇਓ ਜੇ ਮੱਝ ਹੋਈ ਤੇ ਥੱਲੇ ਕਮੈਂਟ ਕਰ ਦਿਓ ਕਿਹੜੇ ਪਿੰਡ ਹੀ ਉੱਥੇ ਪਹੁੰਚ ਜਾਗੇ ਨਾ 150 ਕੇਲ ਵੀ ਧੰਨਵਾਦ ਭਾਜੀ ਤੇ ਅਸੀਂ ਪਹੁੰਚ ਜਾਗੇ ਭਾਜੀ ਮੋਗੇ ਜ਼ਿਲ੍ਹੇ ਚ ਹੁਣ ਵਧੀਆ ਗੱਲ ਆ ਕਿਹੜੇ ਏਰੀਆ ਚ ਵੀ ਹੋਵੇ ਮੋਗੇ ਜ਼ਿਲ੍ਹੇ ਦੇ
ਮੈਸੇਜ ਕਰ ਦਿਓ ਮਾੜਾ ਜਿਹਾ। ਥੈਂਕ ਯੂ, ਸਤਿ ਸ਼੍ਰੀ ਅਕਾਲ।